ਸੁਣਦਾ ਹੀ ਹੋ ਅਕਸਰ ਮੁਹੱਬਤ ਕਰਦੇ ਹੋ ਪਿਆਰ ਕਰਦੇ ਹੋ ਅਤੇ ਮੈਂ ਤੁਹਾਡੇ ਵਾਸਤੇ ਕਾਫੀ ਤੋਹਫੇ ਲੈ ਕੇ ਆਇਆ ਸਾਈਂ ਦੀ ਕਿਰਪਾ ਨਾਲ। ਇੱਕ ਬੋਂਬੇ ਜਾਂ ਦਿੱਲੀ ਵਾਲੀ ਜਿਹੜੀ ਸੰਗਤ ਹੈ ਸਾਈਂ ਜੀ ਦੀ, ਕਿਉਂਕਿ ਸਾਈਂ ਜੀ ਦੀ ਸੰਗਤ ਪੂਰੇ ਵਰਲਡ 'ਚ, ਪੂਰੇ ਹਿੰਦੁਸਤਾਨ 'ਚ ਨਹੀਂ, ਪੂਰੇ ਦੁਨੀਆ 'ਚ ਹੈ, ਅਤੇ ਉਹਨਾਂ ਨੇ ਕੁਛ ਹੁਕਮ ਕੀਤਾ ਅਤੇ ਹੁਕਮ ਦੇ ਮੁਤਾਬਕ ਮੈਂ ਇੱਕ ਕਲਾਮ ਪੇਸ਼ ਕਰ ਰਿਹਾ। मुझको वो जलवा दिखा रहे हैं, अब मेरी शक्ल से, अब मेरी शक्ल से वो जलवा दिखा रहे हैं। एक और बात कहते हैं, एक और बात कहते हैं, आईना हूं, सैन जी कहते हैं आईना हूं, मेरे सामने आकर देखो, आईना हूं मेरे सामने आकर देखो, खुद नजर आओगे, जरा आंख मिलाकर देखो, खुद नजर आओगे, खुद नजर आओगे, जरा आंख मिला कर देखो। यूं तो मुश्किल है, यूं तो आसान नजर आता है मेरी मंजिल का सफर। लोग कहते होने के एवें एवें साईं जी होगी पूरी दुनिया च, एवें हो गई। मेरा शेर तरह तवज्जो, यूं तो आसान नजर आता है मेरी मंजिल का सफर, डगमगा जाओगे मेरे रास्ते से आकर देखो, डगमगा जाओगे मेरे रास्ते से आकर देखो। मैं खुद को ढूंढता हूं वो हाथ आ रहे हैं, अब मेरी शक्ल में मुझको जलवा दिखा रहे हैं। मैं वो नहीं हूं हरगिज, मैं वो नहीं हूं हरगिज, वो मैं नहीं है, लेकिन वो मुझको मना करके खुद को बता रहे हैं। वो मुझको मना करके, वो मुझको मना करके खुद को बता रहे हैं। ये मार्फत है हजूर, ये मार्फत है, ये वो मंजिल है जिथे जाके तू मैं ते मैं तू हो जाता। मेरे फादर साहब अल्लाह उन्होंने अपने चरणों में निवास देन, वो मैंने अक्सर कहते होंगे, कहते पुत्र जैसी बैठक उसी सोबत, जैसी संगत उसी रंगत। ਜਦੋਂ ਮੈਂ ਪੜ੍ਹਦਾ ਸੀ ਬੱਚਾ ਸੀ ਉਦੋਂ ਮੈਨੂੰ ਕਹਿੰਦੇ ਕਿ ਚੰਗਿਆਂ 'ਚ ਬੈਠਿਆ ਕਰ, ਯਾਰ ਦੋਸਤ ਇੱਕੋ ਜਿਹੇ ਨਹੀਂ ਹੁੰਦੇ ਸਾਰੇ। ਮੈਂ ਕਿਹਾ ਜੀ ਕਿਉਂ, ਮੈਂ ਸਵਾਲ ਕੀਤਾ ਕਿਉਂ, ਕਹਿੰਦੇ ਬੰਦਾ ਆਪਣੇ ਦੋਸਤਾਂ ਤੋਂ ਪਹਿਚਾਣਿਆ ਜਾਂਦਾ, ਬੰਦਾ ਆਪਣੇ ਦੋਸਤਾਂ ਤੋਂ ਪਹਿਚਾਣਿਆ ਜਾਂਦਾ। ਚਾਰ ਪੰਜ ਦਿਨ ਪਹਿਲਾਂ ਦੀ ਗੱਲ ਹੈ ਕਿ ਰਾਤ ਨੂੰ ਮੇਰੀ 1:30 ਵਜੇ ਅੱਖ ਖੁੱਲ੍ਹ ਗਈ ਅਤੇ ਫਾਦਰ ਸਾਹਿਬ ਦੀ ਉਹ ਕਹੀ ਹੋਈ ਗੱਲ ਮੇਰੇ ਜ਼ਿਹਨ 'ਚ ਆਈ ਕਿ ਜਦ ਬੰਦਾ ਆਪਣੇ ਦੋਸਤਾਂ ਤੋਂ ਪਹਿਚਾਣਿਆ ਜਾਂਦਾ ਤਾਂ ਫਿਰ ਰੱਬ ਵੀ ਤਾਂ ਆਪਣੇ ਦੋਸਤਾਂ ਤੋਂ ਪਹਿਚਾਣਿਆ ਜਾਂਦਾ ਹੋਣਾ।
ਅੱਲਾ ਵੀ ਤੇ ਆਪਣੇ ਦੋਸਤਾਂ ਤੋਂ ਹੀ ਪਹਿਚਾਣਿਆ ਜਾਂਦਾ ਹੋਣਾ। ਬਿਲਕੁਲ। ਫਿਰ ਅਗਲਾ ਸਵਾਲ ਹੈ ਕਿ ਅੱਲਾ ਦੇ ਦੋਸਤ ਕੌਣ ਨੇ, ਅੱਲਾ ਦੇ ਦੋਸਤ ਕੌਣ ਨੇ? ਤੇ ਕੁਰਾਨ ਦੇ ਵਿੱਚ ਅੱਲਾ ਨੇ ਲਿਖਿਆ ਕਿ ਜਿਹੜੇ ਵਲੀ ਨੇ ਉਹ ਮੇਰੇ ਦੋਸਤ ਨੇ, ਜਿਹੜੇ ਅੱਲਾ ਦੇ ਵਲੀ ਨੇ ਉਹ ਮੇਰੇ ਦੋਸਤ ਨੇ। ਜਦੋਂ ਫਿਰ ਸਾਈਂ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਤੇ ਸਾਈਂ ਜੀ ਇੰਨੇ ਚੰਗੇ ਨੇ, ਤੇ ਫਿਰ ਸਾਈਂ ਜੀ ਦਾ ਰੱਬ ਕਿੰਨਾ ਚੰਗਾ ਹੋਣਾ। ਖੁਦ ਕੋ ਮਨਾ ਕਰਕੇ, ਮੁਝ ਕੋ ਮਨਾ ਕਰਕੇ ਖੁਦ ਕੋ ਬਤਾ ਰਹੇ ਹੈ, ਮੈਂ ਵੋ ਨਹੀਂ ਹੂੰ ਹਰ ਕਿਸ ਵੋ ਮੈਂ ਨਹੀਂ ਹੈ ਲੇਕਿਨ ਵੋ ਮੁਝ ਕੋ ਮਨਾ ਕਰਕੇ ਖੁਦ ਕੋ ਬਤਾ ਰਹੇ, ਮੈਂ ਉਨਕਾ ਆਈਨਾ ਹੂੰ, ਮੈਂ ਉਨਕਾ ਆਈਨਾ ਹੂੰ, ਵੋ ਮੇਰਾ ਆਈਨਾ ਹੈ, ਮੈਂ ਉਨਕਾ ਆਈਨਾ ਹੂੰ, ਵੋ ਮੇਰਾ ਆਈਨਾ ਹੈ, ਮੈਂ ਉਨਕੋ ਦਿਖਾ ਰਹਾ ਹੂੰ, ਵੋ ਮੁਝਕੋ ਦਿਖਾ ਰਹੇ ਹੈ। ਇਸ ਕਲਾਮ ਦੇ ਵਿੱਚ ਮੈਂ ਆਪਣੀ ਫੀਲਿੰਗ ਪੇਸ਼ ਕਰ ਰਿਹਾ, ਆਪਣੇ ਜਜ਼ਬਾਤ ਪੇਸ਼ ਕਰ ਰਿਹਾ ਕਿ ਤੇਰਾ ਇਸ਼ਕ ਗਰ ਨਾ ਹੋਤਾ, ਤੇਰਾ ਇਸ਼ਕ ਗਰ ਨਾ ਹੋਤਾ, ਤੇਰਾ ਇਸ਼ਕ ਗਰ ਨਾ ਹੋਤਾ, ਮੇਰੀ ਜ਼ਿੰਦਗੀ ਨਾ ਹੋਤੀ, ਤੇਰਾ ਇਸ਼ਕ ਗਰ ਨਾ ਹੋਤਾ, ਮੇਰੀ ਜ਼ਿੰਦਗੀ ਨਾ ਹੋਤੀ। ਸ਼ੇਰ ਜਿਹੜਾ
ਆਇਆ ਇਹ ਤੁਹਾਨੂੰ ਦੇਖ ਕੇ ਆਇਆ ਐ ਸਜੀ ਹੋਈ ਮਹਿਫਲ ਨੂੰ ਦੇਖ ਕੇ ਆਇਆ ਜ਼ਰਾ ਤਵੱਜੋ ਧਿਆਨ ਸੇ ਤੇਰਾ ਇਸ਼ਕ ਕਰਨਾ ਹੋ ਤਾਂ ਇਨ ਆਸ਼ਿਕੋ ਕੇ ਦਿਲ ਮੇ आशिकों की महफिल तेरे आशिकों की महफिल ऐसे सजी न होती 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 ਤੇਰੇ ਆਸ਼ਿਕੋਂ ਕੀ ਮਹਿਫਿਲ ਇਹ ਅਰਜ਼ੀ ਹੈ ਮੇਰੀ ਸਰਕਾਰ ਅੱਗੇ ਸਾਈਂ ਜੀ ਅੱਗੇ ਅਰਜ਼ੀ ਹੈ ਤੇਰਾ ਇਸ਼ਕ ਕਰਨਾ ਹੋਤਾ ਇਨ ਆਸ਼ਿਕੋਂ ਕੇ ਦਿਲ ਮੇ ਤੇਰੇ ਆਸ਼ਿਕੋਂ ਕੀ ਮਹਿਫਿਲ ਤੇਰੇ ਆਸ਼ਿਕੋਂ ਕੀ ਮਹਿਫਿਲ ਐਸੇ ਸਜੀ ਨਾ ਹੋਤੀ ਤੇਰੇ ਆਸ਼ਿਕੋਂ ਕੀ ਮਹਿਫਿਲ ਐਸੇ ਸਜੀ ਨਾ ਹੋਤੀ ਆਪਣਾ ਫਰਜ਼ ਪੂਰਾ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਆਸ਼ਿਕ ਕਹਿ ਦਿੱਤਾ ਇਹ ਤੇ ਤੁਸੀਂ ਦੇਖਣਾ ਕਿ ਸਾਈਂ ਜੀ ਨਾਲ ਆਸ਼ਕੀ ਕਿੱਦਾਂ ਨਿਭਾਉਣੀ ਉਹ ਤੇ ਨਿਭਾਉਣ ਵਾਲੇ ਨੇ ਲਾਜਪਾਲ ਹੈ ਉਹ ਤੇ ਜਿਹੜਾ ਆਸ਼ਿਕ ਨਹੀਂ ਵੀ ਹੈ ਉਹਦੇ ਨਾਲ ਵੀ ਨਿਭਾਉਂਦੇ ਆ ਸਾਡੀ ਤੇ ਔਕਾਤ ਹੀ ਕੋਈ ਨਹੀਂ ਅਸੀਂ ਕਿਹੜੀ ਆਸ਼ਕੀ ਕਰ ਸਕਦੇ ਆਸ਼ਕੀ ਬਹੁਤ ਦੂਰ ਆ ਸੀ ਪਰ ਕਈ ਵਾਰੀ ਮੁਰੀਦ ਦੇ ਵਿੱਚ ਇੰਨਾ ਦਮ ਹੁੰਦਾ ਹੈ ਕਿ ਉਹ ਪੀਰ ਨੂੰ ਆਪਣਾ ਆਸ਼ਿਕ ਬਣਾ ਲੈਂਦਾ ਹੈ ਹਜ਼ਰਤ ਅਮੀਰ ਖੁਸਰੋ ਰਹਿਮਤੁਲਾਹ ਅਲੈਹ ਹਜ਼ਰਤ ਨਿਜ਼ਾਮੁਦੀਨ ਔਲੀਆ ਮਹਿਬੂਬ ਇਲਾਹੀ ਨੂੰ ਇੰਨੀ ਮੁਹੱਬਤ ਕੀਤੀ ਇੰਨੀ ਮੁਹੱਬਤ ਕੀਤੀ ਇੰਨੀ ਮੁਹੱਬਤ ਕੀਤੀ ਕਿ ਹਜ਼ਰਤ ਨਿਜ਼ਾਮੁਦੀਨ ਔਲੀਆ ਖੁਦ ਆਸ਼ਿਕ ਹੋ ਗਏ ਔਰ ਆਪਣੀ ਸੁਬਹਾਨੇ ਉਮਰੀ 'ਚ ਜੀਵਨੀ 'ਚ ਲਿਖ ਬੈਠੇ ਕਿ ਅਗਰ ਸ਼ਰੀਅਤ ਇਜਾਜ਼ਤ ਦਿੱਤੀ ਤੋ ਹਮ ਇਹ ਵਸੀਅਤ ਕਰਤੇ ਕਿ ਅਮੀਰ ਖੁਸਰੋ ਕੋ ਹਮਾਰੀ ਕਬਰ ਮੇਂ ਦਫਨਾਇਆ ਜਾਏ ਆਇਆ ਕਿਆ ਆਸ਼ਕੀ ਹੈ ਇੱਕ ਬਹੁਤ ਵੱਡੀ ਬਜ਼ੁਰਗ ਹਸਤੀ ਉਹਨਾਂ ਦਾ ਇੱਕ ਚਾਹਣ ਵਾਲਾ ਦਰਬਾਰ 'ਚ ਆਇਆ ਮੇਰਾ ਲਫ਼ਜ਼ ਹੈ ਕਿ ਤੇਰੇ ਆਸ਼ਕੋਂ ਕੀ ਮਹਿਫਿਲ ਐਸੇ ਸਜੀ ਨਾ ਹੋਤੀ ਜ਼ਰਾ ਤਵੱਜੋ ਜ਼ਰੂਰ ਉਹਨਾਂ ਦੇ ਚਾਹਣ ਵਾਲਾ ਆਇਆ ਦਰਬਾਰ 'ਚ ਆ ਕੇ ਇੱਕ ਬੇਨਤੀ ਕੀਤੀ ਅਰਜ਼ ਕੀਤੀ ਐ ਮੇਰੇ ਮੁਰਸ਼ਦ ਮੈਂ ਇੱਕ ਅਰਜ਼ ਲੈ ਕੇ ਆਇਆ ਹੁਕਮ ਕਹਿੰਦੇ ਸਰਕਾਰ ਮੇਰੀ ਬੇਟੀ ਦੀ ਸ਼ਾਦੀ ਹੈ ਮੇਰੀ ਬੇਟੀ ਦੀ ਸ਼ਾਦੀ ਹੈ ਅਤੇ ਉਹਨੂੰ ਇੱਜ਼ਤ ਨਾਲ ਵਿਦਾ ਕਰਨ ਵਾਸਤੇ ਮੇਰੇ ਕੋਲ ਕੱਖ ਵੀ ਨਹੀਂ ਆਏ ਸਰਕਾਰ ਕਹਿਣ ਲੱਗੇ ਅੱਜ ਵਕਤ ਐਸਾ ਹੈ ਕਿ ਸਾਡੇ ਕੋਲ ਵੀ ਕੁਛ ਨਹੀਂ ਹੈ ਸਾਡੇ ਕੋਲ ਵੀ ਕੁਛ ਨਹੀਂ ਕੀ ਕਰਾਂਗੇ ਕਹਿੰਦੇ ਸਰਕਾਰ ਜੇ ਮੈਂ ਖਾਲੀ ਜਾਊਂਗਾ ਤਾਂ ਲੋਕਾਂ ਨੇ ਮਿਹਣੇ ਮਾਰਨੇ ਮੈਨੂੰ ਕੁਛ ਤਾਂ ਦੇ ਦਿਓ ਸਰਕਾਰ ਦੀਆਂ ਨਾ ਜੁੱਤੀਆਂ ਜੋੜੇ ਮੁਬਾਰਕ ਪੈਸੇ ਚੱਕ ਕੇ ਦੇ ਦਿੱਤੇ ਕਹਿੰਦੇ ਚੱਲ ਧੁਆ ਲੈ ਜਾ ਹੁਣ ਸੋਚਦਾ ਵੀ ਇਹ ਮਨ 'ਚ ਕਿ ਮੈਂ ਕੁਛ ਕਹਿ ਵੀ ਨਹੀਂ ਸਕਿਆ ਜਵਾਬ ਵੀ ਨਹੀਂ ਦੇ ਸਕਿਆ ਖਾਲੀ ਵੀ ਨਹੀਂ ਆਇਆ ਪਰਖੇ ਵੀ ਨਹੀਂ ਆਇਆ ਮਾਮਲਾ ਕੀ ਹੋ ਗਿਆ ਸੋਚਦੇ ਸੋਚਦੇ ਨੇ ਕੀ ਕੀਤਾ ਉਹ ਹਜ਼ਰਤ ਦੇ ਜੋੜੇ ਮੁਬਾਰਕ ਨਾਲ ਚੱਕ ਕੇ ਉਹਨੇ ਬਾਜ਼ਾਰ ਦੇ ਵਿੱਚ ਵੇਚਣ ਵਾਸਤੇ ਰੱਖ ਲਿਆ ਵੇਚਣ ਵਾਸਤੇ ਰੱਖ ਲਿਆ ਅਤੇ ਉੱਧਰੋਂ ਮੇਰੀ ਸਰਕਾਰ ਦਾ ਇੱਕ ਆਸ਼ਿਕ ਆਪਣੇ ਸਰਕਾਰ ਦੇ ਜੋੜਿਆਂ ਦੀ ਨਾ ਖੁਸ਼ਬੂ ਸੁੰਘਦਾ ਜੋੜਿਆਂ ਵੱਲ ਨੂੰ ਚਲਿਆ ਗਿਆ ਜਾ ਕੇ ਦੇਖਦਾ ਕਿ ਇਹ ਕੋਈ ਬੰਦਾ ਅਣਜਾਣ ਬੰਦਾ ਮੇਰੇ ਪੀਰ ਦੇ ਜੋੜੇ ਰੱਖੀ ਬੈਠਾ ਜਾ ਕੇ ਕਹਿੰਦਾ ਤੁਸੀਂ ਇਹ ਜੋੜੇ ਕਿਉਂ ਰੱਖੇ ਨੇ ਉਹ ਕਹਿੰਦਾ ਜੀ ਯਕੀਨਨ ਵੇਚਣ ਵਾਸਤੇ ਰੱਖੇ ਨੇ ਕਿਉਂ ਕਹਿੰਦਾ ਮੇਰੀ ਬੇਟੀ ਦੀ ਸ਼ਾਦੀ ਹੈ ਉਹਦੇ ਵਾਸਤੇ ਮੇਰੇ ਕੋਲ ਖਰਚਾ ਨਹੀਂ ਅੱਛਾ ਉਹ ਕਹਿੰਦਾ ਇੰਜ ਕਰ ਜੋੜੇ ਮੈਨੂੰ ਦੇ ਦੇ ਖੁਦਾ ਦੀ ਕਸਮ ਮੇਰੇ ਪੀਰ ਦੇ ਪੈਰਾਂ ਦੀ ਸਹੁੰ ਜੇ ਤੇਰੀਆਂ 7 ਧੀਆਂ ਵੀ ਹੁੰਦੀਆਂ ਨਾ ਤੇ ਅੱਜ ਵਿਆਹ ਕੇ ਉੱਠਦਾ
ਆ ਜੋੜੇ ਦੇ ਦੇ ਮੈਨੂੰ ਰੱਬ ਦਾ ਵਾਸਤਾ ਜੋੜੇ ਦੇ ਦੇ ਜੋੜੇ ਦੇ ਦੇ ਉਹ ਕਹਿੰਦਾ ਲੈ ਜਾਓ ਕਹਿੰਦਾ ਚੱਕੋ ਕੋਈ ਘਾਟ ਬਾਤ ਰਹਿ ਗਈ ਤੇ ਮੈਨੂੰ ਦੱਸ ਦੇਣਾ ਹੁਣ ਦੇਖੋ ਮਾਮਲਾ ਜੋੜੇ ਚੱਕ ਲਏ ਇੰਝ ਜੋੜੇ ਚੱਕੇ ਹੋਏ ਤੁਰਿਆ ਜਾ ਰਿਹਾ ਬਾਜ਼ਾਰ ਦੇ ਵਿੱਚ ਤੇ ਅੱਗੋਂ ਇੱਕ ਬੰਦਾ ਤੁਰਿਆ ਜਾ ਰਿਹਾ ਹੋਰ ਉਹਦੇ ਅੱਗੇ ਕੀ ਦੇਖਦਾ ਕਿ ਇਹ ਬੰਦੇ ਦੀ ਜਿਹੜੀ ਪਿੱਠ ਹੈ ਮੇਰੇ ਪੀਰ ਦੇ ਜੋੜਿਆਂ ਵੱਲ ਹੋ ਗਈ ਇਹ ਬੰਦੇ ਦੀ ਪਿੱਠ ਮੇਰੇ ਪੀਰ ਦੇ ਜੋੜਿਆਂ ਵੱਲ ਹੋ ਗਈ ਤੇ ਉਹਨੇ ਜੋੜੇ ਚੱਕੇ ਇੰਝ ਕਰਕੇ ਪਿੱਛੇ ਕਰ ਲਏ ਦੋ ਕੁ ਮਿੰਟ ਤੁਰਿਆ ਫਿਰ ਖਿਆਲ ਆਇਆ ਹੁਣ ਤੇਰੀ ਪਿੱਠ ਜੋੜਿਆਂ ਵੱਲ ਹੋ ਗਈ ਕੀ ਕਰਾਂ ਸਰਕਾਰ ਦੇ ਜੋੜੇ ਚੱਕ ਕੇ ਸਿਰ ਤੇ ਰੱਖ ਲਏ ਉੱਪਰ ਦੀ ਦੁਪੱਟਾ ਬੰਨ ਲਿਆ ਸਿਰ ਤੇ ਚੱਕ ਲਿਆ ਜੋੜੇ ਆਸ਼ਕੀ ਦੱਸਣ ਲੱਗਾ ਸਾਡੇ ਵੱਸ ਦੀ ਗੱਲ ਨਹੀਂ ਹੈ ਸਿਰ ਤੇ ਰੱਖ ਲਿਆ ਜ਼ੋਰ ਜੋੜੇ ਉੱਪਰ ਦੁਪੱਟਾ ਬੰਨ ਲਿਆ ਨਾ ਉਤਾਰਦਾ ਨਾ ਸਿਰ ਧੋਂਦਾ ਨਾ ਨਹਾਉਂਦਾ ਮੇਰੇ ਪੀਰ ਦੇ ਜੋੜੇ ਖਰਾਬ ਨਾ ਹੋ ਜਾਣ ਸਮਾਂ ਗੁਜ਼ਰ ਗਿਆ ਪਤਾ ਨਹੀਂ ਕਿੰਨਾ ਗੁਜ਼ਰ ਗਿਆ ਸਮਾਂ ਇੱਕ ਦਿਨ ਕੀ ਹੋਇਆ ਅਚਾਨਕ ਉਸ ਪਿੰਡ ਦੇ ਵਿੱਚ ਬਾੜ ਆ ਗਈ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆਇਆ ਤਾਂ ਦੁਨੀਆ ਭੱਜ ਰਹੀ ਹੈ ਆਪਣੇ ਆਪਣੇ ਘਰਾਂ ਚੋਂ ਨਿਕਲ ਕੇ ਜਾ ਰਹੀ ਹੈ ਆਪਣਾ ਆਪਣਾ ਸਮਾਨ ਚੁੱਕ ਕੇ ਜਾ ਰਹੀ ਹੈ ਉਹ ਨਹੀਂ ਜਾ ਰਿਹਾ ਦੋ ਚਾਰ ਬੰਦੇ ਆਏ ਇਕੱਠੇ ਹੋ ਕੇ ਭਰਾ ਜੀ ਬਾੜ ਆ ਗਈ ਹੈ ਪਾਣੀ ਆ ਗਿਆ ਪਿੰਡ ਦੇ ਵਿੱਚ ਜਾਓ ਨਿਕਲੋ ਇੱਥੋਂ ਫਟਾਫਟ ਫੌਜ ਆ ਗਈ ਹੈ ਸਭ ਨੂੰ ਕੱਢ ਰਹੀ ਹੈ ਆਪ ਪਾਣੀ ਵੱਲ ਨੂੰ ਹੱਥ ਕਰਕੇ ਕਹਿੰਦਾ ਕਹਿੰਦਾ ਨਾ ਵੀ ਪਾਣੀ ਜਿੱਧਰੋਂ ਆ ਰਿਹਾ ਸੀ ਉੱਧਰ ਨੂੰ ਵਾਪਸ ਹੋ ਗਿਆ ਤੇ ਪਿੰਡ ਦੇ ਵਿੱਚ ਹੋ ਗਈ ਚਰਚਾ ਇਹ ਲੈ ਵੀ ਇਹ ਬੰਦਾ ਕ੍ਰਿਸ਼ਨ ਦਿਖਾ ਰਿਹਾ ਮੌਜੇ ਦਿਖਾ ਰਿਹਾ ਤੇ ਉਹਦੇ ਪੀਰ ਤੱਕ ਗੱਲ ਪਹੁੰਚੀ ਕਿ ਜਿਹੜਾ ਤੁਹਾਡਾ ਇੱਕ ਚੇਲਾ ਬੈਠਾ ਨਾ ਉੱਥੇ ਨਿਕੰਮਾ ਜਿਹਾ ਅੱਜ ਉਹਨੇ ਆਹ ਕੰਮ ਕੀਤਾ ਤੇ ਇਹ ਐਸੀਆਂ ਹਸਤੀਆਂ ਹੁੰਦੀਆਂ ਨੇ ਇਹ ਕਿਸੇ ਨੂੰ ਕ੍ਰਿਸ਼ਮੇ ਨਹੀਂ ਦਿਖਾਉਣ ਦਿੰਦੀਆਂ ਨਾ ਦਿਖਾਉਂਦੀਆਂ ਨੇ ਖੁਦ ਇਹ ਤੇ ਮਹਿਸੂਸ ਕਰਨੇ ਪੈਂਦੇ ਆ ਇਹ ਇੱਕ ਹੁੰਦਾ ਪਾਣੀ ਉਹਨੂੰ ਫੜਿਆ ਜਾ ਸਕਦਾ ਹੈ ਉਹਨੂੰ ਪੀਤਾ ਜਾ ਸਕਦਾ ਮਹਿਸੂਸ ਕੀਤਾ ਉਹਨੂੰ ਉਹਦੇ ਨਾਲ ਪਿਆਸ ਬੁਝਾਈ ਜਾਂਦੀ ਹੈ ਨਹਾਇਆ ਜਾਂਦਾ ਕੱਪੜੇ ਧੋਏ ਜਾਂਦੇ ਤੇ ਇੱਕ ਹੁੰਦੀ ਆ ਹਵਾ ਉਹ ਨਜ਼ਰ ਨਹੀਂ ਆਉਂਦੀ ਉਹ ਮਹਿਸੂਸ ਕਰਨੀ ਪੈਂਦੀ ਹੈ ਗਰਮੀ ਹੋਵੇ ਤਾਂ ਪੱਖਾ ਚੱਲੇ ਤਾਂ ਲੱਗਦਾ ਲੈ ਬਈ ਹਵਾ ਚੱਲ ਪਈ ਹੈ ਇਹ ਹਵਾ ਹੈ ਇਹ ਹਵਾ ਇਹ ਨਜ਼ਰ ਨਹੀਂ ਆਉਂਦੀ ਇਹ ਮਹਿਸੂਸ ਕਰਨੀ ਪੈਂਦੀ ਇਹਨਾਂ ਦੀ ਰਹਿਮਤ ਜਿਹੜੀ ਹੈ ਉਹ ਕ੍ਰਿਸ਼ਮੇ ਤੋਂ ਉਹ ਘਬਰਾਏ ਦੌੜੇ ਦੌੜੇ ਗਏ ਗਾਲੀ ਗਲੋਚ ਕੀਤੀ ਬੁਰਾ ਭਲਾ ਕਿਹਾ ਤੈਨੂੰ ਕਿਹਨੇ ਕਿਹਾ ਕੰਮ ਕਰਨ ਨੂੰ ਤੂੰ ਲੋਕਾਂ ਨੂੰ ਕ੍ਰਿਸ਼ਮੇ ਕਰ ਕਰਕੇ ਦਿਖਾਉਣਾ ਆਪ ਰੋਂਦਾ ਰੋਂਦਾ ਕਹਿੰਦਾ ਕਦਮਾਂ 'ਚ ਬੈਠ ਕੇ ਕਹਿੰਦਾ ਮੇਰੀ ਸਰਕਾਰ ਮੈਂ ਕੋਈ ਕ੍ਰਿਸ਼ਮਾ ਨਹੀਂ ਦਿਖਾਇਆ ਮੇਰੀ ਔਕਾਤ ਨਹੀਂ ਮੈਂ ਕ੍ਰਿਸ਼ਮੇ ਦਿਖਾਵਾਂ ਮੇਰੀ ਔਕਾਤ ਨਹੀਂ ਮੈਂ ਪਾਣੀ ਨੂੰ ਵਾਪਸ ਕਰ ਸਕਾਂ ਮੇਰੀ ਔਕਾਤ ਨਹੀਂ ਮੈਂ ਕਿਸੇ ਨੂੰ ਜ਼ਿੰਦਾ ਕਰ ਸਕਾਂ ਕਿਸੇ ਨੂੰ ਮਾਰ ਸਕਾਂ ਕਿਸੇ ਨੂੰ ਰੋਜ਼ੀ ਦੇ ਸਕਾਂ ਰੋਟੀ ਦੇ ਸਕਾਂ ਨਹੀਂ ਕਹਿੰਦੇ ਫਿਰ ਤੂੰ ਇਹ ਕਿਉਂ ਕੀਤਾ ਕਹਿੰਦੇ ਮੈਂ ਤਾਂ ਸਿਰਫ ਅਜ਼ਮਾਇਆ ਸੀ ਕਿ ਮੇਰੇ ਮੁਰਸ਼ਦ ਦੇ ਜੋੜਿਆਂ ਦੀ ਮੇਰੇ ਮੁਰਸ਼ਦ ਦੇ ਜੋੜਿਆਂ ਦੀ ਜੋੜਿਆਂ ਦਾ ਅਸਰ ਮੇਰੇ ਸਿਰ ਤੋਂ ਲੈ ਕੇ ਜ਼ੁਬਾਨ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਇੰਨੇ ਮਹੀਨੇ ਹੋ ਗਏ ਬੰਨਿਆਂ ਨੂੰ ਮੇਰੀ ਸਰਕਾਰ ਦੇ ਜੋੜਿਆਂ ਦਾ ਅਸਰ ਮੇਰੇ ਸਿਰ ਤੋਂ ਮੇਰੀ ਜ਼ੁਬਾਨ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਤੇਰਾ ਇਸ਼ਕ ਕਰਨਾ ਹੋਤਾ ਇਨ ਆਸ਼ਿਕੋ ਕੇ ਦਿਲ ਮੇ ਤੇਰੇ ਆਸ਼ਿਕੋ ਕੀ ਮਹਿਫਿਲ ਤੇਰੇ ਆਸ਼ਿਕੋ ਕੀ ਮਹਿਫਿਲ ਐਸੇ ਸਜੀ ਨਾ ਹੋਤੀ ਤੇਰੇ ਕਰਮ ਕੀ ਰੰਗਤੇ ਤੇਰੇ ਕਰਮ ਕੀ ਐਸੇ ਚੜ੍ਹੀ ਨਾ ਹੋਤੀ 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 ਕਲਾਮ ਉਹ ਹੈ ਲੋਕਾਂ ਦੀਆਂ ਗਲਤ ਫਹਿਮੀਆਂ ਕੱਢੂਗਾ ਇਨਸ਼ਾਅੱਲਾ ਜ
ਜਿਹੜੇ ਗਲਤ ਫਹਿਮੀਆਂ ਲੈ ਕੇ ਆਉਂਦੇ ਆ ਨਾ, ਉਹ ਆਸ਼ਿਕ ਕਹਿੰਦਾ, ਜਿਹੜਾ ਸੱਚਾ ਆਸ਼ਿਕ ਹੈ ਉਹ ਕਹਿੰਦਾ, ਮੇਰੇ ਆਕਾ ਜ਼ਾਤ ਤੇਰੀ ਕਰ ਖੁਦਾ ਨੂੰ ਮਾਂ ਨਾ ਹੋਤੀ, ਮੇਰੇ ਆਕਾ ਜ਼ਾਤ ਤੇਰੀ ਕਰ ਖੁਦਾ ਨੂੰ ਮਾਂ ਨਾ ਹੋਤੀ, ਮੇਰੇ ਆਕਾ ਜ਼ਾਤ ਤੇਰੀ ਕਰ ਖੁਦਾ ਨੂੰ ਮਾਂ ਨਾ ਹੋਤੀ, ਮੇਰੇ ਆਕਾ ਜ਼ਾਤ ਤੇਰੀ ਕਰ ਖੁਦਾ ਨੂੰ ਮਾਂ ਨਾ ਹੋਤੀ, ਕਦਮੋ ਮੇਂ ਤੇਰੇ ਐਸੇ, ਕਦਮੋ ਮੇਂ ਤੇਰੇ ਐਸੇ ਦੁਨੀਆ ਝੁਕੀ ਨਾ ਹੋਤੀ, ਕਦਮੋ ਮੇਂ ਤੇਰੇ ਐਸੇ ਇਸ਼ਕ ਘਰ ਨਾ ਹੋਤਾ ਮੇਰੀ ਜ਼ਿੰਦਗੀ ਨਾ ਹੋਤੀ, ਮੇਰਾ ਇਸ਼ਕ ਘਰ ਨਾ ਹੋਤਾ ਮੇਰੀ ਜ਼ਿੰਦਗੀ ਨਾ ਹੋਤੀ, ਜੋ ਤੇਰਾ ਕਰਮ ਨਾ ਹੋਤਾ ਮੇਰੀ ਬੰਦਗੀ ਨਾ ਹੋਤੀ, ਜੋ ਤੇਰਾ ਕਰਮ ਨਾ ਹੋਤਾ ਮੇਰੀ ਬੰਦਗੀ ਨਾ ਹੋਤੀ, ਨਾ ਬੰਦਗੀ ਨਾ ਹੋਤੀ, ਨਾ ਬੰਦਗੀ ਨਾ ਹੋਤਾ, ਨਾ ਬੰਦਗੀ ਨਾ ਹੋਤਾ, ਨਾ ਨਾ ਬੰਦਗੀ ਨਾ ਹੋਤਾ, ਨਾ ਨਾ ਬੰਦਗੀ ਨਾ ਹੋਤੀ, ਬੰਦਗੀ ਨਾ ਹੋ।